ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 8 ਗੁਰੂ ਸਾਹਿਬਾਨ ਦੀ ਧਰਤੀ ਨਿਛੋਹ ਪ੍ਰਾਪਤ ਧਰਤੀ ਸ਼੍ਰੀ ਖਡੂਰ ਸਾਹਿਬ ਵਿਖੇ ਦਿੱਤੇ ਗਏ ਗੁਰੂ ਅੰਗਦ ਸਾਹਿਬ ਜੀ ਦਾ ਗੁਰਤਾ ਕਦੀ ਦਿਵਸ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਸਾਡੇ ਨਾਲ ਇੱਥੋਂ ਦੇ ਸਿੰਘ ਸਾਹਿਬ ਮਹਿਤਾਬ ਸਿੰਘ ਜੀ ਸਾਡੇ ਨਾਲ ਮੌਜੂਦ ਹਨ, ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਗਿਆਨੀ ਜੀ, ਕੀ ਤਿਆਰੀਆਂ, ਮੁਕੰਮਲ ਤਿਆਰੀਆਂ ਕੀਤੀਆਂ ਗਈਆਂ ਗੁਰੂ ਸਾਹਿਬ ਦੇ ਗੁਰਤਾ ਗੱਦੀ ਦੇ ਸੰਬੰਧ ਸਾਰਾ ਤਕਰੀਬਨ ਦੱਸੇ? ਦੇਖੋ ਜੀ, ਹਰ ਸਾਲ ਦੀ ਤਰ੍ਹਾਂ ਇਹ ਗੁਰਤਾ ਗੱਦੀ ਗੁਰਪੁਰਬ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਖਡੂਰ ਸਾਹਿਬ ਵੱਲੋਂ ਕਾਰ ਸੇਵਾ ਵਾਲੇ ਮਹਾਂਪੁਰਖਾਂ ਦੇ ਸਹਿਯੋਗ ਦੇ ਨਾਲ, ਸਿੰਘ ਸਭਾਵਾਂ ਦੇ ਸਹਿਯੋਗ ਦੇ ਨਾਲ ਬੜੀ ਉੱਚ ਪੱਧਰ 'ਤੇ ਮਨਾਇਆ ਜਾਂਦਾ। ਉਹਦੇ ਵਿੱਚ ਪੁਖਤਾ ਪ੍ਰਬੰਧ ਕੀਤੇ ਜਾਂਦੇ ਆ ਵੀ ਸੰਗਤ ਦੀ ਆਵਾਜਾਈ ਨੂੰ ਦੇਖਦੇ ਹਾਂ, ਹਰ ਸਾਲ ਸੰਗਤ ਦੀ ਆਵਾਜਾਈ ਜਿਹੜੀ ਵੱਧਦੀ ਆ, ਉਹਨਾਂ ਵਾਸਤੇ ਲੰਗਰ ਦਾ ਪ੍ਰਬੰਧ ਸਹੀ ਢੰਗ ਨਾਲ ਕੀਤਾ ਜਾਏ ਔਰ ਉਹਨਾਂ ਦੇ ਰਿਹਾਇਸ਼ ਦਾ ਪ੍ਰਬੰਧ, ਫਿਰ ਮੋਟਰਸਾਈਕਲ ਪਾਰਕਿੰਗ, ਕਾਰ ਪਾਰਕਿੰਗ ਇਤਿਆਦਿਕ ਦਾ ਪ੍ਰਬੰਧ ਪ੍ਰਸ਼ਾਸਨ ਦੇ ਪੂਰੇ ਸਹਿਯੋਗ ਦੇ ਨਾਲ ਮਿਲ ਕਰਕੇ ਅਸੀਂ ਚੱਲਦੇ ਹਾਂ, ਤਾਂ ਕਰਕੇ ਕਿ ਕੋਈ ਇੱਥੇ ਹੁਲੜਬਾਜ਼ੀ ਵੀ ਨਾ ਕਰ ਸਕੇ, ਕੋਈ ਸ਼ੋਰ ਸ਼ਰਾਬਾ ਨਾ ਹੋਵੇ, ਸ਼ਾਂਤਮਈ ਢੰਗ ਦੇ ਨਾਲ ਗੁਰਮਤਿ ਸਮਾਗਮ ਜਿਹੜੇ ਉਹਨਾਂ ਵਿੱਚ ਸੰਗਤ ਹਾਜ਼ਰੀਆਂ ਭਰਨ, ਗੁਰੂ ਘਰੋਂ ਨਾਮ ਬਾਣੀ ਦਾ ਲਾਹਾ ਲੈ ਸਕਣ, ਇਉਂ ਪੁਖਤਾ ਪ੍ਰਬੰਧ ਜਿਹੜੇ ਇਹਦੇ ਵਾਸਤੇ ਕੀਤੇ ਜਾਂਦੇ ਆ। ਗਿਆਨੀ ਜੀ, ਅਖੰਡ ਪਾਠ ਸਾਹਿਬ ਕਦੋਂ ਤੋਂ ਆਰੰਭ ਕੀਤੇ ਆ? ਸਹਿਜ ਪਾਠ ਚੱਲ ਰਹੇ ਆ ਜੀ, ਸਹਿਜ ਪਾਠ ਦੇ ਭੋਗ ਜਿਹੜੇ ਉਹ 22 ਤਰੀਕ ਨੂੰ ਪੈਣਗੇ ਤੇ ਗੁਰਤਾ ਗੱਦੀ ਦੇ ਸੰਬੰਧ ਵਿੱਚ 21 ਤੇ 22 ਤਰੀਕ ਨੂੰ ਗੁਰਮਤਿ ਸਮਾਗਮ ਹੋਣੇ ਨੇ, ਦਿਨੇ ਵੀ ਤੇ ਰਾਤ ਵੀ। ਔਰ ਇੱਥੇ ਕੀਰਤਨ ਦਰਬਾਰ, ਢਾਡੀ ਦਰਬਾਰ, ਕਵੀਸ਼ਰੀ ਦਰਬਾਰ ਤੇ ਕਵੀ ਦਰਬਾਰ ਹੋਣਗੇ, ਜਿਹਦੇ ਵਿੱਚ ਵੱਡੀ ਤਾਦਾਦ ਵਿੱਚ ਸੰਗਤਾਂ ਲਾਹਾ ਪ੍ਰਾਪਤ ਕਰਦੀਆਂ ਨੇ। ਔਰ ਇਹ ਧਰਤੀ ਉਹ ਹੈ ਜਿੱਥੇ 8 ਗੁਰੂ ਸਾਹਿਬਾਨ ਜੀ ਦੀ ਚਰਨ ਛੋਹ ਧਰਤੀ ਆ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਗੁਰਤਾ ਗੱਦੀ 1549 'ਚ ਪ੍ਰਾਪਤ ਕਰਕੇ ਇਹ ਧਰਤੀ ਤੇ ਆਏ। ਇੱਥੇ ਲਗਭਗ 13 ਸਾਲ ਪਾਤਸ਼ਾਹ ਜੀ ਨੇ ਨਾਮ ਬਾਣੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ ਔਰ 63 ਸਲੋਕ ਅੰਮ੍ਰਿਤਮਈ ਪਾਵਨ ਬਾਣੀ ਦੇ ਉਚਾਰਨ ਕੀਤੇ ਔਰ ਮਲ ਅਖਾੜਿਆਂ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ। ਬਾਲ ਬੋਧ 35 ਦੀ ਸੁਦਾਈ ਕਰਕੇ ਸਾਨੂੰ ਗੁਰਮੁਖੀ ਲਿਪੀ ਦੀ ਦਾਤ ਬਖਸ਼ਿਸ਼ ਕੀਤੀ ਔਰ ਲੰਗਰਾਂ ਦੇ ਵਿੱਚ ਘਿਆਲੀ ਖੀਰ ਮਾਤਾ ਖੀਵੀ ਜੀ ਨੇ ਵਰਤਾਈ। ਔਰ ਇਸੇ ਧਰਤੀ ਤੇ ਹੀ 1552 ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਦੀ ਦਾਤ ਬਖਸ਼ਿਸ਼ ਕੀਤੀ ਔਰ ਜਿਸ ਦੀ ਰਸਮ ਗੁਰੂ ਘਰ ਦੀ ਚੱਲਦੀ ਹੋਈ ਮਰਿਆਦਾ ਦੇ ਅਨੁਸਾਰ ਬਾਬਾ ਬੁੱਢਾ ਸਾਹਿਬ ਜੀ ਨੇ ਨਿਭਾਈ। ਗੁਰਿਆਈ ਦਾ ਤਿਲਕ ਜਿਹੜਾ ਸੀ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤਾ। ਇਹ ਧਰਤੀ ਤੇ 1552 ਦੇ ਵਿੱਚ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਜੋਤੀ ਜੋਤ ਸਮਾਏ ਔਰ ਇਸ ਵਾਰੀ ਜਿਹੜਾ ਗੁਰਤਾ ਗੱਦੀ ਗੁਰਪੁਰਬ ਹੈ ਉਹ 485ਵਾਂ ਗੁਰਤਾ ਗੱਦੀ ਗੁਰਪੁਰਬ ਮਨਾਇਆ ਜਾ ਰਿਹਾ। ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਹਾਂ। ਇਹ ਸਨ ਜੀ ਗਿਆਨੀ ਮਹਿਤਾਬ ਸਿੰਘ ਜੀ, ਕਥਾਵਾਚਕ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ, ਸੁਖਦੇਵ ਰਾਜ, ਜਗਬਾਣੀ ਟੀਵੀ, ਖਡੂਰ ਸਾਹਿਬ।